ਸ੍ਰੀ ਅਕਾਲ। ਇੱਕ ਬਾਬਾ ਜੀ ਆਖਰੀ ਸਵਾਲ ਹੈ, ਅਮਿਤ ਸ਼ਾਹ ਦਾ ਇੱਕ ਨਵਾਂ ਬਿਆਨ ਆਉਂਦਾ ਵੀ ਰਵਨੀਤ ਬਿੱਟੂ ਦੇ ਜਿਹੜੇ ਦਾਦੇ ਦੇ ਕਾਤਲਾਂ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ। ਅਮਿਤ ਸ਼ਾਹ ਵਰਗੇ ਹੁਣ ਉਹਦੇ ਭਾਂਡਾ ਮੁੱਢਾ ਮਾਰ ਦਿਆਂਗੇ ਫਿਰ। ਇਹ ਪੰਥ ਆ, ਇਹ ਪੰਥ ਨੇ ਰਾਜ ਦਿੱਤਾ ਆ ਸੀ ਦਿੱਲੀ ਦੇ ਤਖ਼ਤ 'ਤੇ। ਇਹ ਦੇਸ਼ ਕੌਮ ਦੀਆਂ ਨੀਹਾਂ ਕਦੇ ਪੱਕੀਆਂ ਨਾ ਹੁੰਦੀਆਂ ਜੇ ਨੀਹਾਂ 'ਚ ਚਣਵਾਏ ਦੁਲਾਰੇ ਨਾ ਹੁੰਦੇ। ਉਹ ਆ ਮੰਦਰਾਂ ਸ਼ਿਵਾਲਿਆਂ 'ਚ ਵੱਜਦੇ ਨਾ ਛਹਿਣੇ, ਜੇ ਵੱਜੇ ਰਣਜੀਤ ਨਗਾਰੇ ਨਾ ਹੁੰਦੇ, ਹਿੰਦੀ ਨਾ ਹੁੰਦੀ, ਹਿੰਦੂ ਨਾ ਹੁੰਦੇ, ਹਿੰਦੁਸਤਾਨੀ ਭਰਾਓ ਤੁਸੀਂ ਸਾਰੇ ਨਾ ਹੁੰਦੇ, ਆ ਭਾਰਤ ਦੇ ਮੂੰਹ 'ਤੇ ਹੁੰਦੀ ਨਾ ਲਾਲੀ, ਜੇ ਇਹਦੇ ਲਈ ਚਾਰੇ ਪੁੱਤ ਬਾਰੇ ਨਾ ਹੁੰਦੇ। ਰਵਨੀਤ ਬਿੱਟੂ ਮੇਰਾ ਦੋਸਤ ਹੈ ਔਰ ਜਿਨ੍ਹੋਂਨੇ ਵੀ ਇਨਕੇ ਦਾਦਾ ਜੀ ਕੀ ਹੱਤਿਆ ਕੀ ਹੈ ਉਨਕੋ ਹਮ ਮਾਫ ਨਹੀਂ ਕਰ ਸਕਤੇ, ਨਹੀਂ। ਭਾਈਓ ਬਹਿਨੋ, ਰਵਨੀਤ ਬਿੱਟੂ ਮੇਰਾ ਦੋਸਤ ਹੈ ਔਰ ਜਿਨ੍ਹੋਂਨੇ ਵੀ ਇਨਕੇ ਦਾਦਾ ਜੀ ਕੀ ਹੱਤਿਆ ਕੀ ਹੈ ਉਨਕੋ ਹਮ ਮਾਫ ਨਹੀਂ ਕਰ ਸਕਤੇ, ਨਹੀਂ। ਭਾਈਓ ਬਹਿਨੋ, ਤੇ ਇੱਕ ਪਾਸੇ ਉਹ ਜਰਨਲ, ਉਹ ਜਰਨੈਲ ਜਿਹਨੇ ਜੇ ਉਹਨੇ ਦਾੜੀ ਨੂੰ ਹੱਥ ਪਾ ਤਾਂ ਮੂੰਹ 'ਤੇ ਥੁੱਕਿਆ, ਚਪੇੜ ਮਾਰੀ, ਲੱਤਾਂ ਤੱਕ ਵੱਢ ਦਿੱਤੀਆਂ, ਜ਼ੁਬਾਨਾਂ ਕੱਢ ਦਿੱਤੀਆਂ, ਅੰਗ ਅੰਗ ਜੁਦਾ ਕਰ ਦਿੱਤੇ, ਉਹ ਫੇਰ ਨਹੀਂ ਡੋਲੇ, ਫੇਰ ਪੰਥ ਲਈ ਜੂਝਿਆ। ਮਾਤਾਵਾਂ ਭੈਣਾਂ, ਉਹ ਬੇਨਤੀ ਆ ਤੁਹਾਨੂੰ ਸਭ ਨੂੰ, ਇਹ ਇਕੱਲਾ ਇਕੱਲਾ ਵੀਰ, ਬਸ ਬਾਲਟੀ ਵਾਲਾ ਬਟਨ ਦੱਬੋ ਅਤੇ ਭਾਈ ਸਾਹਿਬ ਭਾਈ ਰਸਪਾਲ ਸਿੰਘ ਜੀ ਛਿੰਦਰਾਂ ਦੇ ਸਪੁੱਤਰ ਨੂੰ ਜਿਤਾਓ। ਸਤਿ ਸ਼੍ਰੀ ਅਕਾਲ। ਬਾਬਾ ਜੀ ਆਖਰੀ ਸਵਾਲ ਹੈ, ਔਰ ਪੰਥ ਨੂੰ ਵਾਸਤਾ ਹੀ ਪੰਥ ਦਾ ਖਾਲਸਾ ਜੀ, ਬਹੁਤ ਵਾਰੀ ਬਹੁਤ ਸਾਰਿਆਂ ਨੂੰ ਤੁਸੀਂ ਜਿਤਾਇਆ ਆ, ਜਿੰਨੇ ਖੜੇ ਆ ਜਾਂ ਦੂਜੇ ਤੀਜੇ, ਇਸ ਵਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਛਿੰਦੜਾਂ ਨੂੰ ਜਿਤਾਓ ਔਰ ਤੁਹਾਨੂੰ ਬਹੁਤ ਖੁਸ਼ੀ ਹੋਏਗੀ। ਸ਼ਹੀਦਾਂ ਸਿੰਘਾਂ ਦੀਆਂ ਖੁਸ਼ੀਆਂ ਮਿਲਣਗੀਆਂ ਸੀ। ਸ਼ਹਿਰ ਵਾਲਿਆਂ ਨੂੰ ਬੇਨਤੀ ਆ ਤੇ ਦੂਜਿਆਂ ਨੂੰ ਵੀ, ਨਹੀਂ ਦੂਜੇ ਤੀਜਿਆਂ ਨੂੰ, ਬਥੇਰੀ ਵਾਰੀ ਬਣੇ ਆ, ਅੱਗੇ ਪਿੱਛੇ ਫੇਰ ਬਣ ਜਾਣਗੇ, ਪਰ ਆਹ ਜਿਹੜਾ ਮੌਕਾ ਐਤਕੀ ਇਹਨਾਂ ਪੰਥਕ ਸ਼ਖਸੀਅਤਾਂ ਨੂੰ, ਜਿੱਥੇ ਜਿੱਥੇ ਵੀ ਪੰਥਕ ਸ਼ਖਸੀਅਤਾਂ ਖੜੀਆਂ ਉਹਨਾਂ ਨੂੰ ਸਾਡਾ ਜਿਤਾਉਣਾ ਫਰਜ਼ ਬਣਦਾ। ਸਾਹਿਬ ਜਥੇਦਾਰ ਸ਼ਹੀਦ ਜਰਨਲ ਜਰਨੈਲ ਰਿਸ਼ਪਾਲ ਸਿੰਘ ਛਿੰਦੜਾਂ, ਉਹ ਜਿਸ ਯੋਧੇ ਨੇ ਪੈਰਾਂ 'ਚ ਰੁਲਦੀ ਜਿਹੜੀ ਸਾਨੂੰ ਸਾਡੀ ਪੱਗ ਰੋਲੀ, ਜਿਹਨਾਂ ਲੋਕਾਂ ਨੇ ਉਹ ਯੋਧੇ ਸੀ, ਉਹਨਾਂ ਦੁਸ਼ਟਾਂ ਨੂੰ ਸੋਚ ਸੋਚ ਕੇ ਉਹਨੂੰ ਸਿਰ 'ਤੇ ਟਿਕਾਈ। ਜਿੱਥੇ ਕਿ ਲੋਕ ਸਭਾ ਹਲਕਾ ਲੁਧਿਆਣੇ ਤੋਂ ਅੰਮ੍ਰਿਤਪਾਲ ਸਿੰਘ ਜੀ ਛਿੰਦੜਾਂ, ਜੋ ਕਿ ਰਿਸ਼ਪਾਲ ਸਿੰਘ ਛਿੰਦੜਾਂ ਜੀ ਦੇ ਸਪੁੱਤਰ, ਲਗਾਤਾਰ ਚੋਣ ਪ੍ਰਚਾਰ ਵਿੱਚ ਜਿਹੜਾ ਚੋਣ ਪ੍ਰਚਾਰ ਕਰ ਰਹੇ ਨੇ, ਅੱਜ ਜਿਹੜਾ ਰੋਡ ਸ਼ੋਅ ਕੱਢਿਆ ਜਾ ਰਿਹਾ ਸੀ ਤਾਂ ਉਹਨਾਂ ਦੇ ਹੱਕ ਵਿੱਚ, ਜਿੱਥੇ ਕਿ ਸਿਰਮੌਰ ਢਾਡੀ ਜਥਾ ਭਾਈ ਤਰਸੇਮ ਸਿੰਘ ਜੀ ਮੋਹਰਾਂ ਵਾਲੀ ਵੀ ਵਿਸ਼ੇਸ਼ ਤੌਰ 'ਤੇ ਜੋ ਕਿ ਪਹੁੰਚੇ ਨੇ, ਸੋ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਹਾਂ ਬਾਬਾ ਜੀ ਨਾਲ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਦੇ ਹੱਕ ਦੇ ਵਿੱਚ ਪਹੁੰਚੋ, ਨਾਲ ਪਹੁੰਚੋ, ਕੀ ਕਿਵੇਂ ਦੇਖਦੇ ਹੋ? ਬਹੁਤ ਸਾਰੀ ਸਾਧ ਸੰਗਤ ਨੂੰ ਸੁਨੇਮਰ ਬੇਨਤੀ ਆ ਭਾਈ, ਤਗੜੇ ਹੋ ਕੇ ਭਾਈ ਸਾਹਿਬ ਦਾ ਸਾਥ ਦੇਣਾ ਬਣਦਾ। ਦੇਖੋ ਇੱਕ ਪਾਸੇ ਤੇ ਉਹ ਨੇ ਵੀਰੇ, ਉਹ ਪਰਿਵਾਰ ਨੇ, ਹਾਂਜੀ, ਜਿਹੜੇ ਗੁਰਮੁਖ ਪਿਆਰੇ, ਜਿਨ੍ਹਾਂ ਦੇ ਅੱਜ ਘਰ ਦੇ ਪ੍ਰਚਾਰ ਕਰ ਰਹੇ ਬਹੁਤ ਵੱਡੇ ਪੱਧਰ ਤੇ, ਪਰ ਭਾਈ ਸਾਹਿਬ ਨੇ ਆਪਣੇ ਮਾਂ ਪਿਓ ਪੰਥ ਦੇ ਲੇਖੇ ਲਾਏ ਆ, ਉਹ ਪੰਥ ਦੇ ਜਰਨੈਲ ਸੀ, ਉਹ ਪੰਥ ਦੇ ਲਈ ਉਹਨੇ ਜਰਨੈਲੀਆਂ ਕੀਤੀਆਂ, ਪੰਥ ਲਈ ਸ਼ਹੀਦ ਹੋਏ ਆ। ਅੱਜ ਪੰਥ ਦਾ ਫਰਜ਼ ਬਣਦਾ ਸੀ, ਜਿਵੇਂ ਹੁਣ ਸ਼ਹੀਦ ਭਾਈ ਬੇਅੰਤ ਸਿੰਘ ਜੀ, ਉਹਨਾਂ ਦੇ ਸਪੁੱਤਰ ਸਰਬਜੀਤ ਸਿੰਘ ਜੀ, ਬਹੁਤ ਵੱਡਾ ਕਾਫਲਾ ਉੱਥੇ ਵੀ, ਇੱਥੇ ਵੀ ਬਹੁਤ ਵੱਡਾ ਕਾਫਲਾ ਸ਼ਹਿਰ 'ਚ ਆ, ਕਿਉਂਕਿ ਸੰਗਤਾਂ ਚੁਪਹਿਰਾ ਸਾਹਿਬ 'ਚ ਬੈਠੀਆਂ, ਉਹ ਸਾਰੀਆਂ ਅਸੀਸਾਂ ਦੇ ਰਹੀਆਂ ਸੀ। ਮੈਂ ਦੇਖ ਰਿਹਾ ਸੀ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਛਿੰਦੜਾਂ ਨੂੰ, ਉਹ ਜਦੋਂ ਦੇਖ ਰਿਹਾ ਸੀ ਤਾਂ ਉਹਨਾਂ ਨੂੰ ਬਹੁਤ ਤੇ ਪਿਆਰ ਮੁਹੱਬਤ
ਉਹਨਾਂ ਦੇ ਰੋਮ ਰੋਮ ਦੇ ਵਿੱਚੋਂ ਅਸੀਸਾਂ ਮਿਲ ਰਹੀਆਂ ਸੀ। ਸ਼ਹਿਰ ਵਾਲਿਆਂ ਨੂੰ ਬੇਨਤੀ ਆ ਤੇ ਦੂਜਿਆਂ ਨੂੰ ਵੀ, ਨਹੀਂ ਦੂਜੇ ਤੀਜਿਆਂ ਨੂੰ, ਬਥੇਰੀ ਵਾਰੀ ਬਣੇ ਆ, ਅੱਗੇ ਪਿੱਛੇ ਫੇਰ ਬਣ ਜਾਣਗੇ, ਪਰ ਆਹ ਜਿਹੜਾ ਮੌਕਾ ਐਤਕੀ ਇਹਨਾਂ ਪੰਥਕ ਸ਼ਖਸੀਅਤਾਂ ਨੂੰ, ਜਿੱਥੇ ਜਿੱਥੇ ਵੀ ਪੰਥਕ ਸ਼ਖਸੀਅਤਾਂ ਖੜੀਆਂ ਉਹਨਾਂ ਨੂੰ ਸਾਡਾ ਜਿਤਾਉਣਾ ਫਰਜ਼ ਬਣਦਾ। ਭਾਈ ਅੰਮ੍ਰਿਤਪਾਲ ਸਿੰਘ ਜੀ ਛੰਦੜਾ ਇਹ ਬਹੁਤ ਹੋਣਹਾਰ, ਬਹੁਤ ਡਾਊਨ ਟੂ ਅਰਥ, ਬਹੁਤ ਪਿਆਰੀ ਸ਼ਖਸੀਅਤ ਆ, ਇਸੇ ਕਰਕੇ ਅਸੀਂ ਆਏ ਹਾਂ। ਦੇਖੋ ਨੰਗੇ ਚਰਨੀ ਕਦੋਂ ਦਾ ਪਿਆਰ ਆ ਬਾਬਾ ਜੀ ਨਾਲ? ਬਹੁਤ ਦੇਰ ਤੋਂ ਪਿਆਰ ਆ ਭਾਈ ਸਾਹਿਬ। ਭਾਈ ਰਿਸ਼ਪਾਲ ਸਿੰਘ ਜੀ ਛੰਦੜਾ ਲਈ ਜੋ ਪੜ੍ਹਦੇ ਸੀ, ਫਿਰ ਭਾਈ ਸਾਹਿਬ ਦੇ ਪਿੰਡ ਨਗਰ ਵੀ ਅਸੀਂ ਸਮਾਗਮ ਕਰਕੇ ਆਏ ਹਾਂ। ਭਾਈ ਸਾਹਿਬ ਨੇ ਬੜਾ ਪਿਆਰ ਦਿੱਤਾ ਅਰਸਾਧ ਸਿੰਘ ਜੀ। ਭਾਈ ਸਾਹਿਬ ਜਥੇਦਾਰ ਸ਼ਹੀਦ ਜਰਨਲ ਜਰਨੈਲ ਰਿਸ਼ਪਾਲ ਸਿੰਘ ਛੰਦੜਾ, ਉਹ ਜਿਸ ਯੋਧੇ ਨੇ ਪੈਰਾਂ 'ਚ ਰੁਲਦੀ ਜਿਹੜੀ ਸਾਨੂੰ ਸਾਡੀ ਪੱਗ ਰੋਲੀ, ਜਿਹਨਾਂ ਲੋਕਾਂ ਨੇ ਉਹ ਯੋਧੇ ਸੀ, ਉਹਨਾਂ ਦੁਸ਼ਟਾਂ ਨੂੰ ਸੋਚ ਸੋਚ ਕੇ ਉਹਨੂੰ ਸਿਰ ਤੇ ਟਿਕਾਈ। ਤੁਹਾਡੀ ਆਵਾਜ਼ ਬੜੀ ਦੂਰ ਤੱਕ ਜਾਂਦੀ ਹੈ, ਕੀ ਸੰਦੇਸ਼ ਦੇਣਾ ਚਾਹੋਗੇ ਵੋਟਰਾਂ ਨੂੰ? ਕਿਉਂਕਿ ਭਾਈ ਸਾਹਿਬ ਨੇ ਮਤਲਬ ਕਿ ਜੇ ਗੱਲ ਕਰੀਏ ਛੋਟੀ ਉਮਰ ਦੇ ਵਿੱਚ ਸਾਰਾ ਪਰਿਵਾਰ ਸ਼ਹੀਦ ਹੋ ਜਾਂਦਾ ਤੇ ਦਾਦੀ ਜੀ ਨੇ ਇਹਨਾਂ ਨੂੰ ਪਾਲਿਆ ਸੀ, ਲੁਕੋ ਕੇ ਕਿਤੇ ਨਾ ਕਿਤੇ ਨਹੀਂ। ਅੱਜ ਇਹ ਪੰਥ ਦੇ ਬੱਚੇ ਆਏ, ਔਰ ਪੰਥ ਨੂੰ ਵਾਸਤਾ ਹੀ ਪੰਥ ਦਾ ਖਾਲਸਾ ਜੀ। ਬਹੁਤ ਵਾਰੀ ਬਹੁਤ ਸਾਰਿਆਂ ਨੂੰ ਤੁਸੀਂ ਜਿਤਾਏ ਆ, ਜਿੰਨੇ ਖੜੇ ਆ ਜਾਂ ਦੂਜੇ ਤੀਜੇ, ਇਸ ਵਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਛੰਦੜਾ ਨੂੰ ਜਿਤਾਓ, ਔਰ ਤੁਹਾਨੂੰ ਬਹੁਤ ਖੁਸ਼ੀ ਹੋਏਗੀ। ਸ਼ਹੀਦਾਂ ਸਿੰਘਾਂ ਦੀਆਂ ਖੁਸ਼ੀਆਂ ਮਿਲਣਗੀਆਂ। ਚੁਪਹਿਰਾ ਸਾਹਿਬ ਚੱਲ ਰਿਹਾ, ਉੱਥੇ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਰਦਾਸ ਕਰਕੇ ਆਏ ਹਾਂ। ਮਹਾਰਾਜ ਮਿਹਰਾਂ ਕਰਨ, ਮੋਰਚੇ ਫਤਿਹ ਕਰਨ, ਅਤੇ ਇਕੱਲੇ ਇਕੱਲੇ ਵੋਟਰ ਨੂੰ, ਨੌਜਵਾਨਾਂ ਨੂੰ, ਵੀਰਾਂ ਬਜ਼ੁਰਗਾਂ, ਮਾਤਾਵਾਂ, ਭੈਣਾਂ, ਬੱਚੇ ਬੱਚੀਆਂ, ਜਿਨ੍ਹਾਂ ਦੀਆਂ ਵੋਟਾਂ ਬਣ ਗਈਆਂ, ਉਹਨਾਂ ਸਭ ਨੂੰ ਬੇਨਤੀ ਆ, ਰਿਸ਼ਪਾਲ ਸਿੰਘ ਜੀ ਛੰਦੜਾ ਦੇ ਸਪੁੱਤਰ ਭਾਈ ਅੰਮ੍ਰਿਤਪਾਲ ਸਿੰਘ ਜੀ ਛੰਦੜਾ 7 ਨੰਬਰ ਆ ਉਹ ਮਸ਼ੀਨ ਦੇ ਉੱਤੇ, ਅਤੇ ਬਾਲਟੀ 'ਚੋਂ ਨਿਸ਼ਾਨ ਆ, ਉਹ ਬਾਲਟੀ ਵਾਲਾ ਬਟਨ ਦੱਬਣਾ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਛੰਦੜਾ ਦਾ। ਔਰ ਇਹ ਆਸਾਨ ਨਹੀਂ ਗਾ ਸਾਡਾ ਸਾਧ ਸੰਗਤ ਜੀ, ਅਸੀਂ ਸ਼ਹੀਦਾਂ ਦਾ ਦੇਣ ਹੀ ਨਹੀਂ ਦੇ ਸਕਦੇ, ਉਹਨਾਂ ਯੋਧਿਆਂ ਦਾ ਦੇਣ ਹੀ ਨਹੀਂ ਦੇ ਸਕਦੇ। ਇੱਕ ਪਾਸੇ ਉਹ ਲੋਕ ਪੁੱਛੜ, ਇੱਕ ਪਾਸੇ ਉਹ ਲੋਕ ਜਿਹੜਾ KP ਜਿਹਨੇ ਐਡੇ ਜ਼ੁਲਮ ਕੀਤੇ ਆ ਉਹਨਾਂ ਨੂੰ ਮੰਨਣ ਵਾਲੀ ਆ, ਅਤੇ ਇੱਕ ਪਾਸੇ ਉਹ ਜਰਨੈਲ ਜਿਹਨੇ ਉਹਨੇ ਦਾੜੀ ਨੂੰ ਹੱਥ ਪਾ ਤਾਂ ਮੂੰਹ 'ਤੇ ਥੁੱਕਿਆ, ਚਪੇੜ ਮਾਰੀ, ਲੱਤਾਂ ਤੱਕ ਵੱਢ ਦਿੱਤੀਆਂ, ਜ਼ੁਬਾਨਾਂ ਕੱਢ ਦਿੱਤੀਆਂ, ਅੰਗ ਅੰਗ ਜੁਦਾ ਕਰ ਦਿੱਤੇ, ਉਹ ਫੇਰ ਨਹੀਂ ਡੋਲੇ, ਫੇਰ ਪੰਥ ਲਈ ਜੂਝੇ ਆ। ਮਾਤਾਵਾਂ ਭੈਣਾਂ, ਉਹ ਬੇਨਤੀ ਆ ਤੁਹਾਨੂੰ ਸਭ ਨੂੰ, ਇਹ ਇਕੱਲਾ ਇਕੱਲਾ ਵੀਰ ਬਸ ਬਾਲਟੀ ਵਾਲਾ ਬਟਨ ਦੱਬੋ ਅਤੇ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਛੰਦੜਾ ਦੇ ਸਪੁੱਤਰ ਨੂੰ ਜਿਤਾਓ। ਸਤਿ ਸ਼੍ਰੀ ਅਕਾਲ। ਬਾਬਾ ਜੀ ਆਖਰੀ ਸਵਾਲ ਹੈ, ਅਮਿਤ ਸ਼ਾਹ ਦਾ ਇੱਕ ਨਵਾਂ ਬਿਆਨ ਆਉਂਦਾ ਵੀ ਰਵਨੀਤ ਬਿੱਟੂ ਦੇ ਜਿਹੜੇ ਦਾਦੇ ਦੇ ਕਾਤਲਾਂ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ। ਅਮਿਤ ਸ਼ਾਹ ਵਰਗੇ ਹੁਣ ਉਹਦਾ ਹੀ ਭਾਂਡਾ ਮੁੱਢਾ ਮਾਰ ਦਿਆਂਗੇ ਫਿਰ। ਇਹ ਪੰਥ ਆ, ਇਹ ਪੰਥ ਨੇ ਹੀ ਰਾਜ ਦਿੱਤਾ ਆ ਸੀ ਦਿੱਲੀ ਦੇ ਤਖ਼ਤ 'ਤੇ। ਇਹ ਦੇਸ਼ ਕੌਮ ਦੀਆਂ ਨੀਹਾਂ ਕਦੇ ਪੱਕੀਆਂ ਨਾ ਹੁੰਦੀਆਂ ਜੇ ਨੀਹਾਂ 'ਚ ਚਣਵਾਏ ਦੁਲਾਰੇ ਨਾ ਹੁੰਦੇ। ਉਹ ਆ ਮੰਦਰਾਂ 'ਚ ਵਾਲਿਆਂ 'ਚ ਵੱਜਦੇ ਨਾ ਛਹਿਣੇ ਜੇ ਵੱਜੇ ਰਣਜੀਤ ਨਗਾਰੇ ਨਾ ਹੁੰਦੇ। ਹਿੰਦੀ ਨਾ ਹੁੰਦੀ, ਹਿੰਦੂ ਨਾ ਹੁੰਦੇ, ਹਿੰਦੁਸਤਾਨੀ ਭਰਾਓ ਤੁਸੀਂ ਸਾਰੇ ਨਾ ਹੁੰਦੇ। ਆ ਭਾਰਤ ਦੇ ਮੂੰਹ 'ਤੇ ਹੁੰਦੀ ਨਾ ਲਾਲੀ ਜੇ ਇਹਦੇ ਲਈ ਚਾਰੇ ਪੁੱਤ ਵਾਰੇ ਨਾ ਹੁੰਦੇ। ਇਹ ਉਹੀ ਗੁਰੂ ਗੋਬਿੰਦ ਸਿੰਘ ਦਾ ਪੰਥ ਆ, ਉਹੀ ਸਿੰਘ ਨੇ। ਇੱਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ। ਇਹ ਫਿਰ ਦੋਗਲੇ ਕਿਉਂ ਬਣਦੇ? ਉਦੋਂ ਤਾਂ ਇਹਨੇ ਕਿਹਾ ਸੀ ਵੀ ਅਸੀਂ ਛੱਡਾਂਗੇ। ਇਹਨਾਂ ਦੀਆਂ ਸਟੇਟਮੈਂਟਾਂ, ਇਹਨਾਂ ਦੇ ਪ੍ਰਧਾਨ ਮੰਤਰੀ ਦੀਆਂ ਸਟੇਟਮੈਂਟਾਂ, ਕੋਈ ਗੱਲ ਨਹੀਂ, ਉਹਨਾਂ ਨੂੰ ਇਹ ਲੱਤ ਦਿਆਂਗੇ ਫਿਰ। ਡਟੇ ਰਹੋਗੇ ਬਾਬਾ ਜੀ? ਪੂਰੇ ਪੂਰੇ। ਵਾਹਿਗੁਰੂ ਜੀ ਕਾ ਸ੍ਰੀ ਅਕਾਲ। ਬਾਬਾ ਜੀ ਆਖਰੀ ਸਵਾਲ ਹੈ, ਅਮਿਤ ਸ਼ਾਹ ਦਾ ਇੱਕ ਨਵਾਂ ਬਿਆਨ ਆਉਂਦਾ ਵੀ ਰਵਨੀਤ ਬਿੱਟੂ ਦੇ ਜਿਹੜੇ ਦਾਦੇ ਦੇ ਕਾਤਲਾਂ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ। ਅਮਿਤ ਸ਼ਾਹ ਵਰਗੇ ਹੁਣ ਉਹਦਾ ਹੀ ਭਾਂਡਾ ਮੁੱਢਾ ਮਾਰ ਦਿਆਂਗੇ ਫਿਰ। ਇਹ ਪੰਥ ਆ, ਇਹ ਪੰਥ ਨੇ ਰਾਜ ਦਿੱਤਾ ਆ ਸੀ
ਦਿੱਲੀ ਦੇ ਤਖ਼ਤ ਇਹ ਦੇਸ਼ ਕੌਮ ਦੀਆਂ ਨੀਹਾਂ ਕਦੇ ਪੱਕੀਆਂ ਨਾ ਹੁੰਦੀਆਂ ਜੇ ਨੀਹਾਂ 'ਚ ਚਣਵਾਏ ਦੁਲਾਰੇ ਨਾ ਹੁੰਦੇ। ਉਹ ਆ ਮੰਦਰਾਂ ਸ਼ਿਵਾਲਿਆਂ 'ਚ ਵੱਜਦੇ ਨਾ ਛਹਿਣੇ, ਜੇ ਵੱਜੇ ਰਣਜੀਤ ਨਗਾਰੇ ਨਾ ਹੁੰਦੇ, ਹਿੰਦੀ ਨਾ ਹੁੰਦੀ, ਹਿੰਦੂ ਨਾ ਹੁੰਦੇ, ਹਿੰਦੁਸਤਾਨੀ ਭਰਾਓ ਤੁਸੀਂ ਸਾਰੇ ਨਾ ਹੁੰਦੇ, ਆ ਭਾਰਤ ਦੇ ਮੂੰਹ 'ਤੇ ਹੁੰਦੀ ਨਾ ਲਾਲੀ, ਜੇ ਇਹਦੇ ਲਈ ਚਾਰੇ ਪੁੱਤ ਵਾਰੇ ਨਾ ਹੁੰਦੇ। ਇਹ ਉਹੀ ਗੁਰੂ ਗੋਬਿੰਦ ਸਿੰਘ ਦਾ ਪੰਥ ਆ, ਉਹੀ ਸਿੰਘ ਨੇ, ਇੱਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ। ਇਹ ਫਿਰ ਦੋਗਲੇ ਕਿਉਂ ਬਣਦੇ? ਉਦੋਂ ਤਾਂ ਇਹ ਨਹੀਂ ਕਿਹਾ ਸੀ ਵੀ ਅਸੀਂ ਛੱਡਾਂਗੇ। ਇਹਨਾਂ ਦੀਆਂ ਸਟੇਟਮੈਂਟਾਂ, ਇਹਨਾਂ ਦੇ ਪ੍ਰਧਾਨ ਮੰਤਰੀ ਦੀਆਂ ਸਟੇਟਮੈਂਟਾਂ, ਕੋਈ ਗੱਲ ਨਹੀਂ, ਉਹਨਾਂ ਨੂੰ ਇਹ ਲੱਤ ਦਿਆਂਗੇ ਫਿਰ। ਡਟੇ ਰਹੋਗੇ ਬਾਬਾ?